ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਜਾ ਰਹੇ ਹਾਂ ਪਰਮੇਸ਼ਰ ਦੁਆਰ ਜੀ। ਅੱਜ ਤਿੰਨ ਇਤਿਹਾਸਕ ਗੱਲਾਂ ਨੇ। ਇੱਕ ਤਾਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ, ਅਤੇ ਦੂਜਾ ਖਾਲਸੇ ਦਾ ਸਾਜਨਾ ਦਿਵਸ ਆ, ਅਤੇ ਤੀਜਾ ਬਾਬਾ ਸਾਹਿਬ ਦਾ ਜਨਮ ਦਿਨ ਆ ਜੀ। ਅਤੇ ਅਸੀਂ ਜਾ ਰਹੇ ਹਾਂ ਪਰਮੇਸ਼ਰ ਦੁਆਰ ਜੀ, ਸਾਰੇ ਰੈਡੀ ਹਾਂ ਜੀ ਅਸੀਂ, ਅਤੇ ਜਾ ਰਹੇ ਹਾਂ ਜੀ ਅੱਜ ਅਸੀਂ ਪਰਮੇਸ਼ਰ ਦੁਆਰ ਨੂੰ। ਅਤੇ ਗੱਡੀ ਸਾਡੀ ਖੜ੍ਹੀ ਆ ਬਾਹਰ ਜੀ, ਅਤੇ ਅਸੀਂ ਗੱਡੀ ਵੱਲ ਨੂੰ ਜਾ ਰਹੇ ਹਾਂ। ਲੌਕ ਅਸੀਂ ਲਾਤੇ ਅਤੇ ਅਸੀਂ ਚੱਲੇ ਹਾਂ ਪਰਮੇਸ਼ਰ ਦੁਆਰ ਨੂੰ। ਹਾਂ ਬਈ ਤਿਆਰੀ ਆ ਹੈ? ਇਹ ਅਜੀਤ ਆ ਭਾਈ, ਇਹਨੇ ਪਾਣੀ ਲੈ ਲਿਆ, ਪਾਣੀ ਚੱਕ ਲਿਆ, ਕਹਿੰਦਾ ਗੱਡੀ ਦਾ ਲੌਕ ਖੋਲ੍ਹ ਦਿਉ। ਲੌਕ ਖੋਲ੍ਹ ਦਿੰਦੇ ਹਾਂ ਵੀ ਗੱਡੀ ਦਾ, ਅਤੇ ਅਸੀਂ ਜਾ ਰਹੇ ਹਾਂ ਅੱਗੇ ਸਾਰੇ ਜਣੇ ਜੀ, ਅਤੇ ਜਾ ਰਹੇ ਹਾਂ ਪਰਮੇਸ਼ਰ ਦੁਆਰ ਜੀ। ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਉੱਥੇ ਜੀ, ਅਤੇ ਤਿੰਨੇ ਚੀਜ਼ਾਂ ਸੈਲੀਬ੍ਰੇਟ ਕਰਾਂਗੇ ਅੱਜ ਅਸੀਂ ਉੱਥੇ, ਅਤੇ ਸਾਰੀਆਂ ਤੁਹਾਨੂੰ ਵੀ ਕਰਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਘਰੋਂ ਚੱਲ ਕੇ ਅਸੀਂ ਪਹੁੰਚ ਗਏ ਪੰਪ 'ਤੇ, ਗੱਡੀ 'ਚ ਤੇਲ ਪਾਉਣ, ਕਿਉਂਕਿ ਗੱਡੀ 'ਚ ਤੇਲ ਹੋਊ ਤਾਂ ਹੀ ਗੱਡੀ ਚੱਲਣੀ ਆ। ਗੱਡੀ 'ਚ ਤੇਲ ਪਵਾ ਰਹੇ ਹਾਂ ਪੰਪ ਤੋਂ, ਅਤੇ ਇਹ ਆ ਸਾਹਮਣੇ ਦਿੱਲੀ ਵਾਲਾ ਰੋਡ, ਜਿਹੜਾ ਦਿੱਲੀ ਤੋਂ ਆਉਂਦਾ ਆ, ਹਾਈਵੇ ਰੋਡ ਆ। ਇਹ ਚੱਲ ਪਏ ਅਸੀਂ ਪਰਮੇਸ਼ਰ ਦੁਆਰ ਲਈ ਨੂੰ, ਸਰਵਿਸ ਰੋਡ 'ਤੇ ਹਾਂ ਅਸੀਂ। ਇਹ ਆ ਗਿਆ ਜੀ ਆਪਣਾ ਅੜੈਚਾ ਚੌਂਕ। ਅੜੈਚਾ ਚੌਂਕ ਤੋਂ ਆਪਾਂ ਮੁੜ ਜਾਣਾ ਕੱਦੂ ਵੱਲ ਨੂੰ, ਇਹ ਕੱਦੂ ਨੂੰ ਜਾ ਰਿਹਾ ਰੋਡ ਸਿੱਧਾ ਜੀ। ਇਹ ਪਹੁੰਚ ਗਏ ਆਪਾਂ ਪੈਲ, ਤਹਿਸੀਲ ਪੈਲ। ਇਹ ਆ ਗਿਆ ਆਪਾਂ ਦਾਣਾ ਮੰਡੀ ਦੇ ਵਿੱਚ ਨੂੰ, ਕਣਕ ਆ ਗਈ ਆ। ਇਸ ਵਾਰ ਜ਼ਿਮੀਂਦਾਰਾਂ ਦੀਆਂ ਕਣਕ ਖਰਾਬ ਬਹੁਤ ਹੋਈ ਆ, ਸਾਰੀਆਂ ਵਿਛੀਆਂ ਪਈਆਂ ਨੇ ਕਣਕਾਂ। ਇਹ ਪਹੁੰਚ ਗਿਆ ਆਪਾਂ ਇਤਿਹਾਸਕ ਪਿੰਡ ਜਰਗ ਜੀ, ਜਿੱਥੇ ਦਾ ਸ਼ੀਤਲਾ ਮਾਤਾ ਦਾ ਮੇਲਾ ਬਹੁਤ ਮਸ਼ਹੂਰ ਆ ਜਰਗ ਦਾ। ਇਹ ਆ ਗਿਆ ਜੋੜੇ ਪੁਲ ਜੀ, ਇਹ ਵੀ ਬਹੁਤ ਮਸ਼ਹੂਰ ਆ ਜੋੜੇ ਪੁਲ। ਇਹ 'ਤੇ ਕਈਆਂ ਨੇ ਗਾਣੇ ਵੀ ਗਾਏ ਨੇ ਜੋੜੇ ਪੁਲ ਵਾਲਿਆਂ 'ਤੇ, ਬਹੁਤ ਮਸ਼ਹੂਰ ਆ ਜੋੜੇ ਪੁਲ। ਇਹ ਆ ਜੋੜੇ ਪੁਲ, ਇੱਕ ਰੋਡ ਇੱਥੋਂ ਨਾਭੇ ਨੂੰ ਚਲੇ ਜਾਂਦਾ ਆ, ਇੱਕ ਮਲੇਰਕੋਟਲੇ ਸਾਈਡ ਨੂੰ ਚਲੇ ਜਾਂਦਾ ਆ। ਆਹ ਪਹੁੰਚ ਗਏ ਜੀ ਆਪਾਂ ਨਾਭੇ ਵਾਲੀ ਬੀੜ 'ਤੇ। ਆਹ ਨਾ ਉਰੋਂ ਦੋ ਨਹਿਰਾਂ ਨੇ, ਇੱਕ ਦੇਖੋ ਉੱਤੇ ਦੀ ਚੱਲਦੀ ਆ ਨਹਿਰ, ਇੱਕ ਥੱਲੇ ਦੀ ਚੱਲਦੀ ਆ, ਡਬਲ ਨਹਿਰਾਂ ਨੇ ਉਰੇ। ਇਹ ਨਾਭੇ ਵਾਲੀ ਬੀੜ ਆ ਇਹ ਪਹੁੰਚ ਗਏ ਆਪਾਂ ਹੁਣ ਰੋਟੀ ਵਾਲੇ ਪੁਲਾਂ 'ਤੇ। ਇੱਕ ਰੋਡ ਭਾਸੋਂ ਨੂੰ ਚਲੇ ਜਾਂਦਾ, ਇੱਕ ਨਾਭੇ ਸ਼ਹਿਰ ਨੂੰ, ਅਤੇ ਆਹ ਸਿੱਧਾ ਪਟਿਆਲੇ ਸ਼ਹਿਰ ਨੂੰ। ਆਹ ਮੁੜ ਗਿਆ ਆਪਾਂ ਧਵਲਾਨ ਵਾਲੀ ਸਾਈਡ ਨੂੰ, ਪਟਿਆਲਾ ਰੋਡ ਛੱਡਤਾ ਆਪਾਂ, ਧਵਲਾਨ ਨੂੰ ਮੁੜ ਚੱਲੇ ਆਪਾਂ, ਧਵਲਾਨ ਬਿੱਦੀ ਜਾਵਾਂਗੇ ਆਪਾਂ ਅੱਜ। ਇਹ ਅਸੀਂ ਰੁਕ ਗਏ ਸੀ 10 ਮਿੰਟ ਪਾਣੀ ਵਗੈਰਾ ਪੀਣ ਰਸਤੇ ਦੇ ਵਿੱਚ। ਹਾਂਜੀ ਅੰਕਲ ਜੀ, ਕਿਵੇਂ ਹੋ? ਠੀਕ ਹੋ? ਹੈਂ ਸਾਡੇ ਅੰਕਲ ਜੀ। ਅਸੀਂ ਨਾ ਰਸਤੇ ਦੇ ਵਿੱਚ ਰੁਕ ਗਏ 10 ਮਿੰਟ ਲਈ, ਅਤੇ ਉਹਦੇ ਫਲਾਵਰ ਬੀਜੇ ਹੋਏ ਨੇ ਬੰਦਿਆਂ ਨੇ, ਬਹੁਤ ਸੋਹਣੀ ਫੁੱਲਾਂ ਦੀ ਖੇਤੀ ਕਰਦੇ ਨੇ ਇਹ ਬੰਦੇ, ਆ ਫੁੱਲ ਬੀਜੇ ਹੋਏ ਨੇ ਨਾ ਬੰਦਿਆਂ ਨੇ, ਬਹੁਤ ਸੋਹਣੀ ਖੇਤੀ ਕਰਦੇ ਨੇ ਬੰਦੇ ਇਹ ਫੁੱਲਾਂ ਦੀ, ਫੁੱਲ ਬੀਜਿਆ ਹੋਇਆ ਨਾ ਬੰਦਿਆਂ ਨੇ ਬਹੁਤ। ਅਤੇ ਆਇਆ ਸਾਡਾ ਵੀਰ ਗੁਰਚਰਨ ਸਿੰਘ ਜੀ, ਇਹ ਗੱਡੀ ਚਲਾ ਰਿਹਾ ਆ। ਸਾਰਿਆਂ ਦਾ ਇੰਤਜ਼ਾਰ ਹੋਇਆ ਖਤਮ, ਅਤੇ ਆਪਾਂ ਪਹੁੰਚ ਗਏ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਜੀ। ਇਹ ਆ ਜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਜੀ। ਆਓ ਜੀ ਪਰਮੇਸ਼ਰ ਦੁਆਰ ਪਹੁੰਚ ਗਏ ਅਸੀਂ, ਅਤੇ ਗੱਡੀ ਲਾਤੀ ਆ ਪਾਰਕਿੰਗ ਦੇ ਵਿੱਚ ਜੀ। ਅਸੀਂ ਪਾਰਕਿੰਗ 'ਚ ਗੱਡੀ ਲਾਤੀ ਆ, ਅਤੇ ਜੋੜੇ ਗੱਡੀ ਦੇ ਵਿੱਚ ਹੀ ਉਤਾਰਤੇ, ਉਤਰਿਆ ਗੱਡੀ 'ਚੋਂ ਜੀ ਅਸੀਂ, ਅਤੇ ਆ ਗੁਰਚਰਨ ਵੀਰ ਸਾਡਾ ਉਤਰ ਰਿਹਾ ਆ ਗੱਡੀ ਦੇ ਵਿੱਚੋਂ ਉਤਰ ਗਿਆ ਜੀ। ਇਹ ਪਰਿਵਾਰ ਆ ਗੁਰਚਰਨ ਵੀਰ ਦਾ। ਇਹ ਆ ਜੀ ਮੇਨ ਐਂਟਰੀ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਜਾਣ ਦੀ, ਪੂਰੇ ਚੈਕਿੰਗ ਵਗੈਰਾ ਕਰਦੇ ਨੇ, ਚੈਕਿੰਗ ਕਰਕੇ ਫਿਰ ਅੰਦਰ ਐਂਟਰ ਕਰੀ ਜਾਂਦੇ ਨੇ। ਬਹੁਤ ਕੁਛ ਧਿਆਨ ਦੇ ਵਿੱਚ ਰੱਖਣਾ ਪੈਂਦਾ ਆ, ਬਹੁਤ ਗੱਲਾਂ ਹੁੰਦੀਆਂ ਨੇ, ਇਸ ਲਈ ਉਰੇ ਗੇਟ ਦੇ ਉੱਤੇ ਚੈਕਿੰਗ ਕਰਦੇ ਨੇ। ਆਹ ਸਾਈਡ 'ਤੇ ਪੁੱਛ ਗਿੱਛ ਦਾ ਅਫਸਰ ਬਣਿਆ ਹੋਇਆ ਆ, ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੁਛ ਪੁੱਛਣਾ ਹੋਵੇ ਤਾਂ ਇੱਥੋਂ ਪੁੱਛ ਸਕਦਾ ਆ। ਪੁੱਛ ਗਿੱਛ ਕੇਂਦਰ ਬਣਿਆ ਹੋਇਆ ਆਹ ਵਾਲਾ,
ਇਹ ਭਾਈ ਸਾਹਿਬ ਦੀ ਤਸਵੀਰ ਵਾਲਾ ਬੋਰਡ ਲੱਗਿਆ ਹੋਇਆ ਜੀ, ਇਹ ਲੱਗਿਆ ਹੋਇਆ ਸਾਈਨ ਬੋਰਡ ਜੀ। ਸਾਈਨ ਬੋਰਡ ਤੋਂ ਥੋੜ੍ਹਾ ਸੌਖਾ ਹੋ ਜਾਂਦਾ, ਬੰਦੇ ਨੂੰ ਪਤਾ ਲੱਗ ਜਾਂਦਾ ਕਿੱਧਰ ਨੂੰ ਜਾਣਾ ਆ। ਅਤੇ ਇਹ ਆ ਨਗਾਰਾ ਸਾਹਿਬ ਜੀ, ਮਹਾਰਾਜ ਦਾ ਸਰੂਪ ਜਦੋਂ ਜਾਣਾ ਮੂਹਰੇ ਮੂਹਰੇ ਵੱਜਦਾ ਜਾਊਗਾ ਜੀ। ਅਤੇ ਉਰੇ ਚੰਗੀ ਤਰ੍ਹਾਂ ਹੱਥ ਧੋ ਕੇ ਪੈਰ ਧੋ ਕੇ ਫਿਰ ਆਪਾਂ ਨੂੰ ਅੰਦਰ ਦਰਸ਼ਨ ਕਰਨ ਜਾਣਾ ਚਾਹੀਦਾ ਜੀ। ਇਹ ਆ ਜੀ ਨਿਸ਼ਾਨ ਸਾਹਿਬ ਜੀ, ਜਿਹੜਾ ਬਿਨਾਂ ਖਿੱਚਾਂ ਤੋਂ ਲੱਗਿਆ ਹੋਇਆ ਆ ਜੀ। ਅਤੇ ਹਾਈਡਰੋਲਿਕ ਨਿਸ਼ਾਨ ਸਾਹਿਬ ਆ ਜੀ ਇਹ। ਇਹ ਆ ਗਿਆ ਜੀ ਮੇਨ ਗੇਟ ਦਰਬਾਰ ਸਾਹਿਬ ਦਾ ਜੀ। ਅਤੇ ਇਸ ਪਾਸੇ ਆ ਬਾਬਾ ਜੀ ਪਰਚੀ ਕੱਟਦੇ ਨੇ ਜੀ, ਜਿਹੜੀਆਂ ਅੰਦਰ ਸੇਵਾਵਾਂ ਚੱਲਦੀਆਂ ਨੇ ਜੀ, ਉਹਦੇ ਲਈ ਕਿਸੇ ਨੇ ਕੋਈ ਦੇਣਾ ਹੋਵੇ ਤਿਲ ਫੁੱਲ ਉਹ ਦੇ ਸਕਦਾ ਜੀ। ਅਤੇ ਇੱਧਰਲੇ ਪਾਸੇ ਜੀ ਆ ਸਾਹਮਣੇ ਜੀ ਉਰੇ ਜੀ ਕੜਾਹ ਪ੍ਰਸ਼ਾਦ ਪ੍ਰਸ਼ਾਦ ਮਿਲਦਾ ਆ, ਕੜਾਹ ਪ੍ਰਸ਼ਾਦ ਉਰੋਂ ਆਪਾਂ ਕੜਾਹ ਪ੍ਰਸ਼ਾਦ ਲੈ ਸਕਦੇ ਹਾਂ ਜੀ। ਅਤੇ ਹੁਣ ਆਪਾਂ ਚੱਲਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਨੂੰ ਜੀ। ਇਹ ਆ ਜੀ ਸੋਹਣਾ ਦਰਬਾਰ ਸਾਹਿਬ ਮੇਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੀ, ਜੋ ਕਿ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਜੀ। ਅਤੇ ਸਾਰਾ ਏਸੀ ਆ ਜੀ ਇਹ ਦਰਬਾਰ ਸਾਹਿਬ, ਬਹੁਤ ਸੋਹਣਾ ਆ ਜੀ। ਅਤੇ ਆਹ ਬਹੁਤ ਹੀ ਸੋਹਣੀ ਪਾਲਕੀ ਸਾਹਿਬ ਆ ਜੀ। ਅਤੇ ਇਹਦੇ ਵਿੱਚ ਬਿਰਾਜਮਾਨ ਨੇ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅਤੇ ਹਜ਼ਾਰਾਂ ਲੱਖਾਂ ਸੰਗਤਾਂ ਇਹਨਾਂ ਨੂੰ ਜੀ ਸਿਰ ਨਵਾਉਂਦੀਆਂ ਨੇ, ਸਿਜਦਾ ਕਰਦੀਆਂ ਨੇ ਜੀ। ਅਤੇ ਇਹ ਦਰਬਾਰ ਸਾਹਿਬ ਦੇ ਅੰਦਰ ਨਾ ਜੀ ਬਹੁਤ ਸੋਹਣੇ ਝੂਮਰ ਲੱਗੇ ਹੋਏ ਨੇ, ਹਰ ਕੋਨੇ ਦੇ ਵਿੱਚ ਨਾ ਝੂਮਰ ਲੱਗੇ ਹੋਏ ਨੇ ਬਹੁਤ ਸੋਹਣੇ ਜੀ। ਇਹ ਆ ਜੀ ਪਰਮੇਸ਼ਰ ਦੁਆਰ ਵਿਖੇ ਜੀ ਬਹੁਤ ਹੀ ਸੋਹਣਾ ਬਣਿਆ ਕਲੋਕ ਟਾਵਰ, ਅਸੀਂ ਘੰਟਾ ਘਰ ਵੀ ਕਹਿੰਦੇ ਹੁੰਦੇ ਸੀ, ਉਹ ਆ ਬਹੁਤ ਸੋਹਣਾ ਬਣਿਆ ਹੋਇਆ। ਜੇ ਤੁਸੀਂ ਘੜੀ ਘਰੇ ਭੁੱਲ ਵੀ ਜਾਵੋ ਨਾ ਤਾਂ ਇੱਥੋਂ ਟਾਈਮ ਦੇਖ ਸਕਦੇ ਹੋ, ਬਹੁਤ ਸੋਹਣਾ ਬਣਿਆ ਹੋਇਆ ਜੀ। ਇਹ ਵੀ ਅੰਦਰ ਬਣਿਆ ਹੋਇਆ ਬਹੁਤ ਸੋਹਣਾ ਫੁਹਾਰਾ ਜੀ, ਫਾਊਂਟੇਨ ਵੀ ਕਹਿੰਦੇ ਨੇ, ਬਹੁਤ ਸੋਹਣਾ ਬਣਿਆ ਹੋਇਆ ਜੀ, ਜਿਹੜੀ ਮਨ ਨੂੰ ਖਿੱਚ ਪਾਉਂਦਾ, ਬਹੁਤ ਸੁੰਦਰ ਬਣਿਆ ਹੋਇਆ ਜੀ ਫੁਹਾਰਾ ਜੀ। ਇਹ ਅੰਦਰ ਇਹ ਲੱਗਿਆ ਹੋਇਆ ਅੰਦਰ ਸਟੈਚੂ ਜੀ, ਜੇ ਕਿਸੇ ਨੇ ਫੋਟੋ ਖਿਚਾਉਣੀ ਹੋਵੇ। ਆਹ ਸਾਹਮਣੇ ਰਸੋਈ ਆ ਜੀ, ਜਿਹਦੇ ਵਿੱਚ ਖਾਣਾ ਤਿਆਰ ਹੁੰਦਾ, ਆਹ ਰਸੋਈ ਦੇ ਅੰਦਰ ਆਪਾਂ ਐਂਟਰ ਹੋ ਗਏ ਜੀ। ਸਾਰਾ ਖਾਣਾ ਸਟੀਮ ਦੇ ਨਾਲ ਤਿਆਰ ਹੁੰਦਾ ਆ, ਇਹ ਬੋਇਲਰ ਲੱਗੇ ਹੋਏ ਨੇ ਅੰਦਰ, ਸਾਰਾ ਖਾਣਾ ਇਹਨਾਂ ਸਟੀਮਰਾਂ ਨਾਲ ਤਿਆਰ ਹੁੰਦਾ ਜੀ। ਅਤੇ ਆਹ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਜੀ ਅੰਦਰ ਹੱਥੀ ਪ੍ਰਸ਼ਾਦਾ ਤਿਆਰ ਕਰਦੀਆਂ ਜੀ, ਬਣਾ ਰਹੀਆਂ ਨੇ ਜੀ ਸਿਮਰਨ ਕਰਦੇ ਹੋਏ ਜੀ। ਇਹ ਰਸੋਈ ਦੇ ਬਾਹਰ ਜੀ ਏਸੀ ਸਰਾਂ ਬਣੀ ਹੋਈ ਆ ਜੀ, ਏਸੀ ਕਮਰੇ ਬਣੇ ਹੋਏ ਨੇ ਇਹ ਸਾਰੇ। ਉਹ ਸਾਹਮਣੇ ਜੂਠੇ ਭਾਂਡੇ ਧੋਤੇ ਜਾਂਦੇ ਨੇ ਅਤੇ ਸਾਫ਼ ਬਰਤਨ ਉਰੋਂ ਮਿਲਦੇ ਨੇ ਜੀ ਪ੍ਰਸ਼ਾਦਾ ਪਾਣੀ ਛਕਣ ਲਈ ਜੀ। ਅਤੇ ਇਹ ਸਾਹਮਣੇ ਬਣਿਆ ਹੋਇਆ ਜੀ ਸੋਹਣਾ ਲੰਗਰ ਹਾਲ ਜੀ, ਅਸੀਂ ਬਰਤਨ ਲੈ ਕੇ ਲੰਗਰ ਹਾਲ ਦੇ ਅੰਦਰ ਨੂੰ ਐਂਟਰ ਹੋ ਗਏ ਜੀ। ਅਤੇ ਹੁਣ ਬੈਠ ਕੇ ਪਰਮਾਤਮਾ ਦਾ ਨਾਮ ਲੈ ਕੇ ਪ੍ਰਸ਼ਾਦਾ ਛਕਾਂਗੇ ਜੀ। ਅਤੇ ਬਹੁਤ ਸੋਹਣਾ ਪ੍ਰਬੰਧ ਆ ਜੀ ਅੰਦਰ ਲੰਗਰ ਦਾ, ਵਧੀਆ ਢੰਗ ਨਾਲ ਪ੍ਰਸ਼ਾਦਾ ਛਕਾਇਆ ਜਾਂਦਾ ਜੀ। ਉਰੇ ਚਾਹ ਦਾ ਪ੍ਰਬੰਧ ਆ ਜੀ, ਜਲੇਬੀਆਂ ਮੱਠੀ ਅਤੇ ਚਾਹ ਗਰਮਾ ਗਰਮ, ਕੁਰਸੀਆਂ 'ਤੇ ਬਹਿ ਕੇ ਆਨੰਦ ਨਾਲ ਚਾਹ ਪੀਓ, ਮੱਠੀ ਖਾਓ ਅਤੇ ਜਲੇਬੀਆਂ ਜੀ। ਇਸ ਜਗ੍ਹਾ ਤੋਂ ਫ੍ਰੀ ਬੂਟੇ ਮਿਲਦੇ ਨੇ ਜੀ, ਰੁੱਖ ਸਾਨੂੰ ਲਾਉਣੇ ਚਾਹੀਦੇ ਨੇ ਜੋ ਕਿ ਬਹੁਤ ਹੀ ਜ਼ਰੂਰੀ ਨੇ। ਇਹ ਆ ਜੀ ਕਲਗੀਧਰ ਨਿਵਾਸ, ਜੋ ਕਿ ਬਹੁਤ ਹੀ ਸੋਹਣਾ ਅਤੇ ਹਰਿਆ ਭਰਿਆ ਬਣਿਆ ਹੋਇਆ ਆ। ਅਤੇ ਇੱਥੇ ਨਾ ਅੰਦਰ ਭਾਈ ਸਾਹਿਬ ਬਹਿ ਕੇ ਸੰਗਤ ਨੂੰ ਮਿਲਦੇ ਨੇ ਜੀ, ਬਹੁਤ ਸੋਹਣਾ ਬਣਿਆ ਹੋਇਆ ਕਲਗੀਧਰ ਨਿਵਾਸ। ਅਤੇ ਆਹ ਖੜ੍ਹਾ ਜੀ ਇੱਧਰ 61 ਜੋ ਸਿੱਧੂ ਮੂਸੇਵਾਲੇ ਦੀ ਪਹਿਲੀ ਪਸੰਦ ਸੀ, ਬਹੁਤ ਹੀ ਸੋਹਣਾ ਜੀ ਟਰੈਕਟਰ ਖੜ੍ਹਾ ਅੰਦਰ। ਵਿਸਾਖੀ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਸੋ ਇਹ ਸਾਰਾ ਹੀ ਸਮਾਗਮ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਮੁੱਖ ਰੱਖਦੇ ਹਾਂ, ਖਾਲਸੇ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹਾਂ। ਇਹ ਸਾਹਮਣੇ ਜੀ ਲਸਣ ਪਿਆਜ ਅਤੇ ਮੱਕੀ ਬੀਜੀ ਹੋਈ ਆ ਅੰਦਰ, ਇਹ ਬਣਿਆ ਹੋਇਆ ਅੰਦਰ ਜੀ SKS ਚੈਰੀਟੇਬਲ ਹਸਪਤਾਲ ਜੀ, ਬਹੁਤ ਸੋਹਣਾ ਬਣਿਆ ਜਿੱਥੇ ਲੋਕਾਂ ਨੂੰ ਨਾ ਮੁਫ਼ਤ ਦਵਾਈਆਂ ਅਤੇ ਮੁਫ਼ਤ ਇਲਾਜ ਮਿਲਦਾ ਆ।
ਅਤੇ ਬਹੁਤ ਹੀ ਘੱਟ ਰੇਟਾਂ 'ਤੇ ਉਰੇ ਟੈਸਟ ਕੀਤੇ ਜਾਂਦੇ ਨੇ। ਇਹਨੇ ਲੋਕਾਂ ਨੂੰ ਬਹੁਤ ਸਹੂਲਤ ਮਿਲ ਰਹੀ ਆ ਇਸ ਹੋਸਪਿਟਲ ਨਾਲ। ਅਤੇ ਅੱਜ ਅੱਖਾਂ ਦਾ ਫ੍ਰੀ ਕੈਂਪ ਲੱਗਿਆ ਹੋਇਆ ਅੰਦਰ ਜੀ। ਦੇਖੋ ਰਸ਼ ਕਿੰਨਾ ਆ, ਕਿੰਨੀ ਸੰਗਤ ਆ। ਅਤੇ ਇਹ ਨਾ ਹੋਸਪਿਟਲ ਦੇ ਬਾਹਰ ਬਾਥਰੂਮ ਬਣੇ ਹੋਏ ਨੇ, ਲੇਡੀਜ਼ ਵੀ ਅਤੇ ਜੈਂਟਸ ਵੀ ਜੀ। ਇਹ ਆ ਜੀ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ ਦੀਵਾਨ ਹਾਲ ਜੀ, ਜਿਹਦੇ ਵਿੱਚ ਹਜ਼ਾਰਾਂ ਸੰਗਤ ਇਕੱਠੀ ਬੈਠ ਕੇ ਜੀ ਦੀਵਾਨ ਸੁਣ ਸਕਦੀ ਆ। ਅਤੇ ਇਹ ਕਿਤਾਬਾਂ ਦੀ ਸਟਾਲ ਲੱਗੀ ਹੋਈ ਆ ਜੀ। ਹੁਣ ਆਪਾਂ ਅੰਦਰ ਨੂੰ ਜਾ ਰਹੇ ਹਾਂ ਦੀਵਾਨ ਹਾਲ ਦੇ ਜੀ। ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਹੋਈ ਹੋਈ ਆ, ਬਹੁਤ ਸਮਾਂ ਲੱਗਿਆ ਇਸ ਡੈਕੋਰੇਸ਼ਨ ਕਰਨ ਨੂੰ ਵੀ, ਬਹੁਤ ਸੋਹਣੀ ਹੋਈ ਹੋਈ ਆ। ਅਤੇ ਇਹ ਨੇ ਆਪਣੇ ਸਾਹਮਣੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿਰਾਜਮਾਨ ਜੀ, ਜਿਨ੍ਹਾਂ ਨੂੰ ਆਪਾਂ ਨਤਮਸਤਕ ਹੋਏ ਹਾਂ ਜੀ ਵਿਸਾਖੀ ਪਰਮੇਸ਼ਰ ਦੁਆਰ ਵਿਖੇ ਜੀ। ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਜੀ। ਲੱਖ ਲੱਖ ਮੁਬਾਰਕਾਂ ਜੀ ਇਹਨਾਂ ਪ੍ਰਾਣੀਆਂ ਨੂੰ ਜਿਨ੍ਹਾਂ ਨੇ ਅੱਜ ਖੰਡੇ ਬਾਟੇ ਦੀ ਪੌਲ ਲਈ ਆ ਜੀ, ਅਤੇ ਸਿੰਘ ਸਿੰਘੜੀਆਂ ਸਜੇ ਨੇ ਜੀ। ਲੱਖ ਲੱਖ ਮੁਬਾਰਕਾਂ ਜੀ। ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਦਿਨ ਦੇ ਚਾਨਣ ਵਿੱਚ ਦੇਖਿਆ ਸੀ ਪਰਮੇਸ਼ਰ ਦੁਆਰ ਨੂੰ, ਅਤੇ ਹੁਣ ਲਾਈਟ ਦੇ ਵਿੱਚ ਦੇਖੋ ਵੀ ਕਿੰਨਾ ਸੋਹਣਾ ਲੱਗਦਾ ਆ। ਫਾਊਂਟੇਨ ਰੰਗ ਬਦਲ ਰਿਹਾ ਅਤੇ ਕਿੰਨੀ ਸੋਹਣੀ ਲਾਈਟਿੰਗ ਹੋਈ ਹੋਈ ਆ, ਅਤੇ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਲਾਈਟ ਦੇ ਵਿੱਚ ਗੁਰਦੁਆਰਾ ਪਰਮੇਸ਼ਰ ਦੁਆਰ, ਸਾਡੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਘਰ ਜੀ। ਕਿੰਨਾ ਸੋਹਣਾ ਲੱਗ ਰਿਹਾ, ਕਿੰਨੀ ਸੋਹਣੀ ਲਾਈਟਿੰਗ ਹੋਈ ਆ, ਦੇਖੋ ਕਿੰਨੇ ਸੋਹਣੇ ਦਰੱਖਤ ਲੱਗ ਰਹੇ ਨੇ। ਇਹ ਆ ਗਏ ਜੀ ਅਸੀਂ ਬਾਹਰ ਪਾਰਕਿੰਗ 'ਚ, ਅਤੇ ਬੈਠਣ ਲੱਗੇ ਹਾਂ ਗੱਡੀ 'ਚ ਜੀ। ਦੀਵਾਨ ਦੀ ਸਮਾਪਤੀ ਹੋ ਗਈ, ਗੱਡੀ 'ਚ ਬਹਿ ਗਏ, ਗੱਡੀ ਕੱਢ ਲਈ ਅਸੀਂ ਅਤੇ ਵਾਪਸ ਜਾ ਰਹੇ ਹਾਂ। ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਸੋਹਣੇ ਸੋਹਣੇ ਕਮੈਂਟ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।